ਹਲੋ ਗਾਈਜ਼ ਸਲਾਮ ਅਲੈਕੁਮ ਕਿ ਹਾਲ ਚਾਲ ਠੀਕ ਠਾਕ ਹੈ ਮੈਂ ਹਮੋਸਨ ਅਲੀ ਪਟੇਫਰਮ ਪੰਜਾਬ ਤੇ ਅੱਜ ਪਿੰਡਾਂ ਵਾਲਿਆਂ ਦੇ ਤੁਹਾਨੂੰ ਕੱਟੇ ਬੱਚੇ ਹੁੰਦੇ ਆ ਜਾਂ ਬੱਕਰਾ ਇਹ ਬੱਕਰਾ شریف ਤੇ ਉਧਰ ਸਾਹਮਣੇ ਤੁਹਾਨੂੰ ਮਗਰ ਮੁਰਗੀਆਂ ਨਜ਼ਰ ਆਉਂਦੀਆਂ ਪਿੰਰਾ ਬੱਚੀ ਐ ਤੇ ਇਹਦੀ ਮਾਂ ਜੀ ਸਾਹਮਣੇ ਬੱਜੀ ਹੋਈ ਔਰ ਜਿਹੜੀ ਗਾਂ ਹੈਗੀ ਐ ਤੇ ਇਹ ਪਿੰਡਾਂ ਵਾਲਿਆਂ ਦੇ ਬੜੇ ਮਹੌਲ ਸ਼ੌਲ ਹੁੰਦੇ ਨੇ ਪੱਠਾ ਕਟਣਾ ਡਗਰਾਂ ਨੂੰ ਪਾਵਨਾ ਤੇ ਫਿਰ ਅੱਗੇ ਦੁੱਧ ਪਚਾਵਨਾ ਤੇ ਇਹ ਸਾਰੀ ਪਿੰਡਾਂ ਵਾਲਿਆਂ ਦੀ ਜ਼ਿੰਮੇਵਾਰੀ ਹੁੰਦੀ ਜੀ ਤੁਹਾਨੂੰ ਬੱਕਰੇ ਨਾਲ ਮਲਾਂ ਨੇ ਬੱਕਰਾ ਬਗਨਾ ਇਸੇ ਸਾਡਾ ਮਾਰਦਾ ਵੀ ਹੈਗਾ तो आज बकरा सा बड़ा प्यारा बकरा है तो हूँ तुम वी को गां को ले चलने लें वेख लो वी कि शरीफ वी चुप करके खली हुई है और कुकड़ियाँ ने कुकड़े मेरा सील तो इतने कुकड़ी भी एक फिर दी सील जी वह भी तुम वहावेंगे आ सामने सील कुकड़ी है ये एक आंडे देती है और आंडे बच्चे कढ़ावे इन शाला बचे भी थोड़े में शेयर करा तो सामने गां जी पट्ठे खादी पई है तो जी जिमीदारा वास पगाम में बड़ी मेहनत करते हैं जिम्मीदार भा ਤੇ ਐਵੇਂ ਮਿਹਨਤ ਕਰਦਾ ਰਹਿ ਕਰੋ ਅੱਲਾ ਪਾਕ ਨੇ ਸਲਾ ਦੇਣਾ ਤੇ ਵੇਖੋ ਸ਼ਾਇਰੀਆਂ ਨੂੰ ਦੁੱਧ ਪਹਚਾਉਂਦੇ ਆ ਜਿਣੀਦਾਰ ਤੇ ਇਹਨਾਂ ਦੀ ਬੜੀ ਮਿਹਰਬਾਨੀ ਯਾਰ ਇੰਨੀ ਵੇਖੋ ਹਰ ਕਿਸੇ ਨੂੰ ਅੱਲਾ ਪਾਕ ਨੇ ਆਪ ਦਾ ਆਪ ਦਾ ਕੰਮ ਦਿੱਤਾ ਹੋਇਆ ਹੈ ਕਿਵੇਂ ਕਿ ਅਸਾਂ ਮਨੇ ਸਾਡੇ ਕੋਠੇ ਵਗੈਰਾ ਹੈਗੇ ਨੇ ਇਹਨੂੰ ਕਹਿੰਦੇ ਨੇ ਉਹ ਪਿੱਛੇ ਨਜ਼ਰ ਤੁਨਵਾ ਦੇ ਪੁਰਾਣੀ ਵਿਹਲੀ ਹੈ ਜੀ ਤੇ ਉਹ ਮੇਰੇ ਦਾਦਾ ਜੀ ਨੇ ਕੋਠੇ ਬਣਾਏ ਸੀ ਤੇ ਉਹ ਪੁਰਾਣੇ ਇਸ ਟਾਈਮ ਉਹਨਾਂ ਚ ਰੈਸ਼ ਸ਼ਾਦੀ ਨਹੀਂ ਹੈਗੀ ਰੈਸ਼ ਇੱਧਰ ਹੈ ਤੇ ਇਹ ਬੜੀਆਂ ਚੰਗੀਆਂ ਚੀਜ਼ਾਂ ਨੇ ਪੰਜਾਬ ਦੇ ਵਿੱਚ ਕਿ ਵੇਖੋ ਸਾਨੂੰ ਅੱਲਾ ਪਾਕ ਨੇ ਇਹੋ ਜੇ ਮੌਸਮ ਦਿੱਤੇ ਨੇ ਕਿ ਉਹਦੀ ਅੱਲਾ ਪਾਕ ਦੀ ਮਿਹਰਬਾਨੀ ਯਾਰ ਤੇ ਅੱਲਾ ਪਾਕ ਦਾ ਸ਼ੁ크ਰੀਆ ਅਦਾ ਕਰੋ ਕਿ ਇਸ ਵੀ ਹਾਲਚ ਆਪਾਂ ਨੂੰ ਰੱਖਿਆ ਉਹਦਾ ਸ਼ੁ크ਰੀਆ ਕਰਿਆ ਕਰੋ ਕਿਉਂਕਿ ਉਹ ਆਪਾਂ ਨੂੰ ਬੜਾ ਚੰਗਾ ਰੱਖਦਾ ਹੈ ਤੇ ਇਹ ਅੱਲਾ ਪਾਕ ਦੀ ਮਿਹਰਬਾਨੀ ਹੈ ਜੀ ਉਹਨੇ ਸਾਨੂੰ ਇੰਨਾ ਨਵਾਜ਼ਿਆ ਇੰਨਾ ਕਮਾ ਨਾਲ ਤੇ ਬੰਦਾ ਮਾਲਾ ਤਗੜਾ ਨਹੀਂ ਹੁੰਦਾ ਦਿਲ ਦਾ ਹੁੰਦਾ ਸਿਰਫ ਕਿਹੋ ਜਿਹਾ ਦੇਲੋਵੇ ਉਹੋ ਜਿਹਾ ਬੰਦਾ ਹੁੰਦਾ ਤੇ ਇਹ ਸਾਡਾ ਪੈਗਾਮ ਸੀ ਓਕੇ